ਫਾਜ਼ਿਲਕਾ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਸਰਕਾਰੀ ਅਧਿਆਪਕ ਲੱਗੀ ਇੱਕ ਵਿਵਾਹਤਾ ਦੇ ਨਾਲ ਕੀਤੀ ਗਈ ਕੁੱਟਮਾਰ, ਬਚਾਨ ਆਏ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕੀਤਾ ਗਿਆ ਦੁਰਵਿਵਹਾਰ, ਵਿਵਾਹਤਾ ਦੀ ਭਾਬੀ ਵੀ ਹੋਈ ਜ਼ਖਮੀ, ਸਿਵਲ ਹਸਪਤਾਲ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਵਿਆਹੀ ਇੱਕ ਸਰਕਾਰੀ ਅਧਿਆਪਕਾ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁੱਟਮਾਰ ਕਿਸੇ ਹੋਰ ਵੱਲੋਂ ਨਹੀਂ ਬਲਕਿ ਉਸਦੇ ਸਸੁਰਾਲ ਪੱਖ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਬਚਾਨ ਆਏ ਉਸਦੇ ਮਾਇਕੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਇੰਨਾ ਹੀ ਨਹੀਂ, ਵਿਆਹਤਾ ਦੀ ਭਾਬੀ ਦੇ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਦੋਨੋਂ ਨਨਾਣ ਭਰਜਾਈ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਉਧਰ ਇਸ ਮਾਮਲੇ ਦੇ ਵਿੱਚ ਵਿਆਹਤਾ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਜਾ ਰਹੇ ਹਨ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੇਰਾ ਨਾਮ ਸ਼ੀਤਲ ਹੈ। ਮੈਨੂੰ 2 ਸਾਲ ਹੋ ਗਏ ਮੇਰੇ ਸਸੁਰਾਲ ਵਾਲੇ ਬਹੁਤ ਪਰੇਸ਼ਾਨ ਕਰਦੇ ਪਏ ਨੇ, ਠੀਕ ਹੈ। ਮੈਂ ਚਲੋ ਬਰਦਾਸ਼ਤ ਕਰ ਰਹੀ ਸੀ, ਪਰ ਅੱਜ ਮੇਰੀ ਹੱਦ ਤੋਂ ਬਾਹਰ ਹੋ ਗਿਆ ਜਦੋਂ ਮੈਨੂੰ ਥੱਪੜ ਪਾਏ ਨੇ। ਮੇਰੇ ਹਸਬੈਂਡ ਕੋਲ ਖੜੇ ਸੀ, ਈਵਨ ਕਿ ਜਿਹੜੀ ਛੋਟੀਆਂ ਲੜਕੀਆਂ ਉਹਨਾਂ ਦੇ ਜਿਹੜੀ ਹੈਗੀਆਂ ਨੇ 17-18 ਸਾਲ ਦੀ, ਉਹਨਾਂ ਨੇ ਵੀ ਆ ਕੇ ਮੈਨੂੰ ਥੱਪੜ ਮਾਰੇ ਹੈ, ਕੁੜੀਆਂ ਨੇ ਵੀ। ਮੇਰੇ ਜਿਹੜਾ ਦੂਸਰਾ ਵੱਡਾ ਜੇਠ ਹੈਗਾ, ਉਹਨੇ ਮੇਰੇ 'ਤੇ ਇੱਟ ਚਲਾ ਕੇ ਮਾਰੀ। ਉਹ ਕੁਦਰਤੀ ਮੈਂ ਸਾਈਡ 'ਤੇ ਹੋ ਗਈ ਜਦੋਂ ਉਹਨੇ ਮੇਰੀ ਇੱਟ ਮਾਰੀ ਹੈ ਚਲਾ ਕੇ। ਪਰ ਉਧਰੋਂ ਮੇਰੇ ਹਸਬੈਂਡ ਕੋਲ ਖੜ੍ਹੇ ਉਹ ਸਭ ਦੇਖ ਰਹੇ ਸੀ, ਮਤਲਬ ਉਹਨਾਂ ਨੇ ਨਾ ਆਪਣੀ ਮਾਂ ਨੂੰ ਰੋਕਿਆ, ਮੈਨੂੰ ਅੰਦਰ ਕਰਕੇ ਬਾਹਰ ਗੇਟ ਬੰਦ ਕਰ ਦਿੱਤਾ। ਅੱਛਾ ਜੀ, ਇਹ ਕਰਦੇ ਕਿਉਂ ਨਹੀਂ ਇਸ ਤਰ੍ਹਾਂ? ਹਾਂਜੀ, ਕਿਉਂ ਇਸ ਤਰ੍ਹਾਂ ਕਰਦੇ ਨੇ, ਕਿਉਂ ਕੁੱਟਮਾਰ ਕਰਦੇ ਨੇ ਤੁਹਾਡੇ ਨਾਲ? ਬਸ ਇਸ ਤਰ੍ਹਾਂ ਘਰ ਨਹੀਂ ਵਸਦੇ ਨੇ। ਇੱਕ ਇਹਨਾਂ ਦੀ ਇੱਕ ਮੇਰੇ ਦੂਸਰਾ ਜੇਠ ਦੀ ਵਾਈਫ, ਉਹ ਮੈਨੂੰ ਵੀ 4 ਸਾਲ ਹੋ ਗਏ, ਉਹਦੇ ਨਾਲ ਵੀ ਇਹਨਾਂ ਨੇ ਐਵੇਂ ਕੀਤਾ। ਉਹ ਵੀ ਆਪਣੀ ਮਾਇਕੇ ਬੈਠੀ ਹੋਈ ਹੈ ਅਤੇ ਉਹ ਚੀਜ਼ ਇਹਨਾਂ ਨੇ ਮੇਰੇ ਨਾਲ ਕੀਤੀ ਹੈ। ਇਹ ਇਹਨਾਂ ਦੇ ਜਿਹੜੇ ਵੱਡਾ ਜੇਠ, ਮੇਰਾ ਵੱਡਾ ਜੇਠ ਹੈ ਨਾ, ਉਹ ਨਹੀਂ ਵਸਣ ਦੇ ਰਿਹਾ ਕਿਸੇ ਨੂੰ। ਉਹਨਾਂ ਨੂੰ ਇਹ ਕਿ ਨੌਕਰੀ ਲੱਗੇ ਹੋਏ ਨੇ ਸਾਨੂੰ, ਉਹ ਕੋਈ ਕੰਮ ਤਾਂ ਕਰਦਾ ਨਹੀਂ ਹੈ, ਥੋੜ੍ਹਾ ਬਹੁਤ ਕਰ ਲੈਂਦਾ। ਉਹਨਾਂ ਨੂੰ ਇਹ ਹੈਗਾ ਕਿ ਸਾਨੂੰ ਪੈਸੇ ਆ ਰਹੇ ਨੇ, ਪੈਸੇ ਖਾ ਰਹੇ ਨੇ ਬਸ ਉਹਨਾਂ ਕੋਲੋਂ, ਅਤੇ ਸਾਨੂੰ ਮੀਆਂ ਬੀਬੀ ਨੂੰ ਇੱਕ ਨਹੀਂ ਇਹ ਹੋਣ ਦਿੰਦੇ ਪਏ। ਇਸ ਕਰਕੇ ਮੇਰੇ ਹਸਬੈਂਡ ਵਿੱਚ ਵੀ, ਹਸਬੈਂਡ ਸਾਡੇ ਹਸਬੈਂਡ ਵਾਈਫ ਵਿੱਚ 24 ਘੰਟੇ ਕਲੇਸ਼ ਰਹਿੰਦਾ ਇਹਨਾਂ ਦੀ ਵਜ੍ਹਾ ਕਰਕੇ। ਅੱਜ ਕੀ ਹੋਇਆ ਹੁਣ? ਅੱਜ ਸਾਡੇ ਨੋਰਮਲ ਸਿੰਪਲ ਜੀ ਗੱਲ ਹੋਈ ਸੀ ਹਸਬੈਂਡ ਵਾਈਫ ਦੇ ਵਿੱਚ, ਔਰ ਮੇਰੇ ਸਾਸੂ ਮਾਂ ਉੱਪਰ ਆਏ, ਉਹਨਾਂ ਨੂੰ ਮੈਂ ਦੱਸਣ ਲੱਗੀ। ਉਹ ਮੇਰੀ ਪਹਿਲੇ ਤਾਂ ਮੇਰੇ ਮੰਮਾ ਬਾਰੇ, ਯਾਨੀ ਕਿ ਜਿਹੜੇ ਕਿ ਐਕਸਪਾਇਰ ਹੋ ਚੁੱਕੇ ਨੇ, ਉਹਨਾਂ ਬਾਰੇ ਉਹ ਬਹੁਤ ਗਲਤ ਬੋਲੇ, ਨਜਾਇਜ਼ ਬੋਲੇ ਨੇ, ਠੀਕ ਹੈ। ਉਸ ਤੋਂ ਬਾਅਦ ਫਿਰ ਜਿਹੜੇ ਮੇਰਾ ਵੱਡਾ ਜੇਠ ਹੈ, ਉਹਨਾਂ ਨੇ ਮੇਰੇ ਬਾਰੇ ਗਲਤ ਬੋਲਣ ਲੱਗ ਗਏ। ਮੈਂ ਨੀਚੇ ਆ ਗਈ, ਉਹ ਮੈਨੂੰ ਮਾਰਨ ਲੱਗੇ ਸੀ, ਉਹਨਾਂ ਦੀ ਵਾਈਫ ਨੇ ਉਹਨਾਂ ਦਾ ਹੱਥ ਪਕੜ ਲਿਆ। ਨੀਚੇ ਜਾ ਕੇ ਮੈਂ ਫਿਰ ਨੀਚੇ ਚਲੀ ਗਈ, ਮੈਂ ਪੈਕਿੰਗ ਕਰਨ ਲੱਗ ਗਈ। ਉਧਰੋਂ ਦੀ ਫਿਰ ਮੈਨੂੰ ਗੱਲ ਉੱਪਰ ਗਾਲੀ ਲੋਚ ਕਰਨ ਲੱਗੇ, ਕਹਿੰਦੇ ਮੈਂ ਇੱਟ ਮਾਰਾਂਗਾ ਚਲਾ ਕੇ। ਕੁਦਰਤੀ ਮੈਂ ਬਾਹਰ ਆਈ, ਉਹਨਾਂ ਨੇ ਮੇਰੇ ਇੱਟ ਮਾਰੀ ਔਰ ਮੈਂ ਸਾਈਡ 'ਤੇ ਹੋ ਗਈ। ਉਸ ਤੋਂ ਬਾਅਦ ਸਾਸੂ ਮਾਂ ਮੇਰੇ ਨੀਚੇ ਆਏ ਨੇ, ਉਹ ਜਿਹੜਾ ਮੇਰਾ ਵੱਡਾ ਜੇਠ ਹੈ ਆਪਣੀ ਵਾਈਫ ਨੂੰ ਕਹਿਣ ਲੱਗ ਗਏ ਪੈਕਿੰਗ ਕਰੋ, ਚੱਲਨੇ ਆਪ ਆਏ। ਉਸ ਤੋਂ ਬਾਅਦ ਮੇਰੀ ਸਾਸੂ ਮਾਂ ਨੀਚੇ ਆਏ ਨੇ ਅਤੇ ਮੈਂ ਅੰਦਰ ਸੀ ਕਮਰੇ ਦੇ, ਮੇਰੇ ਰੂਮ ਦੇ ਬਾਹਰ ਹੀ ਗੱਲ ਹੋਈ ਹੈ। ਜਿਵੇਂ ਮੈਂ ਗੇਟ ਖੋਲਿਆ ਨਾ, ਉਹਨਾਂ ਨੇ ਮੇਰੀ 4-5 ਪੇੜਾਂ ਮੂੰਹ ਦੇ ਲਾ ਕੇ ਮੇਰੀ ਸਾਸੂ ਮਾਂ ਨੇ ਮਾਰੀਆਂ ਨੇ, ਠੀਕ ਹੈ। ਔਰ ਮੇਰੇ ਹਸਬੈਂਡ ਕੋਲ ਖੜ੍ਹੇ ਸੀ, ਉਹਨਾਂ ਨੇ ਕੁਛ ਵੀ ਨਹੀਂ ਕਿਹਾ, ਉਹ ਵੀ ਨੀਚੇ ਚਲੇ ਗਏ ਔਰ ਮੈਂ ਇਕੱਲੀ ਹੀ ਉੱਪਰ ਰੋਂਦੀ ਰਹੀ ਹਾਂ। ਮੇਰੇ ਕੋਲ ਫੋਨ ਨਹੀਂ ਸੀ, ਮੇਰਾ ਫੋਨ ਮੇਰੇ ਹਸਬੈਂਡ ਦੀ ਪੋਕਟ ਦੇ ਵਿੱਚ ਹੈਗਾ ਸੀ, ਵੀ ਮੈਂ ਆਪਣੇ ਮਾਇਕੇ ਨੂੰ ਫੋਨ ਕਰ ਦਿੰਦੀ ਨਾ। ਮੈਂ ਉਹਨਾਂ ਨੂੰ ਵਾਰ ਵਾਰ ਕਹਿ ਰਹੀ ਸੀ ਮੈਨੂੰ ਮੇਰੀ ਮਾਇਕੇ ਛੱਡੇ, ਨਾ ਉਹਨਾਂ ਨੇ ਮੇਰੀ ਮਾਇਕੇ ਛੱਡਣ ਗਏ, ਨਾ ਉਹਨਾਂ ਨੇ ਮੇਰੇ ਮਾਇਕੇ ਵਾਲਿਆਂ ਨੂੰ ਕਾਲ ਕੀਤੀ। ਮੇਰੇ ਘਰਦਿਆਂ ਨੇ ਵੀ ਉਹਨਾਂ ਨੂੰ ਬੜੀ ਵਾਰੀ ਉਹਨਾਂ ਘਰ ਜਾ ਕੇ ਸਮਝਾ ਚੁੱਕੇ ਨੇ ਕਿ ਤੁਸੀਂ ਸਮਝੋ, ਬਟ ਉਹ ਫਿਰ ਵੀ ਅੱਜ ਉਹਨਾਂ ਨੇ ਉਹ ਕੰਮ ਕਰ ਦਿੱਤਾ। ਅੱਜ ਮੇਰੇ ਤੋਂ ਬਰਦਾਸ਼ਤ ਤੋਂ ਬਾਅਦ ਇਸ ਲਈ ਮੈਂ 112 ਨੰਬਰ 'ਤੇ ਕਾਲ ਕੀਤੀ ਹੈ, ਬਸ ਮੇਰੀ ਲਿਮਿਟ ਤੋਂ ਬਾਹਰ ਹੋ ਗਿਆ ਸੀ, ਇਸ ਕਰਕੇ ਕਾਲ ਕਰੀ ਸੀ। ਮੈਂ 2 ਸਾਲ ਤੋਂ ਬਹੁਤ ਬਰਦਾਸ਼ਤ ਕਰ ਰਹੀ ਹਾਂ। ਉਸ ਤੋਂ ਬਾਅਦ ਕੀ ਹੋਇਆ ਜੀ, ਫਿਰ ਤੁਸੀਂ ਕਾਲ ਕੀਤੀ ਤਾਂ? ਉਸ ਬਾਅਦ ਕਾਲ ਕੀਤੀ ਹੈ, ਉਸ ਬਾਅਦ ਘਰ ਆਏ ਨੇ ਪੁਲਿਸਮੈਨ ਆਏ ਨੇ ਘਰ ਆਏ ਨੇ, ਉਹਨਾਂ ਨਾਲ ਗੱਲਬਾਤ ਹੋਈ, ਮੈਂ ਦੱਸਿਆ, ਅਤੇ ਉਸ ਤਰ੍ਹਾਂ ਉਹ ਵੀ ਪਰਿਵਾਰ ਵਾਲੇ ਕਾਫੀ ਬੋਲਣ ਲੱਗ ਗਏ ਉਹਨਾਂ ਦੇ, ਉਹ ਉਲਟਾ ਇਲਜ਼ਾਮ ਮੇਰੇ 'ਤੇ ਲਾਉਣ ਲੱਗ ਗਏ, ਮਾਰਿਆ ਉਹਨਾਂ ਨੇ, ਉਲਟਾ ਇਲਜ਼ਾਮ ਮੇਰੇ 'ਤੇ ਲਗਾਉਣ ਲੱਗ ਗਏ। ਅੱਛਾ ਜੀ। ਉਸ ਬਾਅਦ ਫਿਰ ਮੈਂ ਆਪਣੇ ਮਾਇਕੇ ਵਾਲੇ ਨੂੰ ਕਾਲ ਕੀਤੀ, ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੂੰ ਬੁਲਾਇਆ, ਠੀਕ ਹੈ। ਉਹਨਾਂ ਨਾਲ ਜਦੋਂ ਉਹਨਾਂ ਨਾਲ ਗਾਲੀ ਗਲੋਚ ਕਰਨ ਲੱਗੇ ਅਤੇ ਜਦੋਂ ਇਹ ਬਾਹਰ ਗਏ, ਅਸੀਂ ਜਾਣ ਲੱਗੇ ਬਾਹਰ, ਪੁਲਿਸ ਵਾਲੇ ਵੀ ਕਹਿਣ ਲੱਗੇ ਤੁਸੀਂ ਚਲੋ, ਤੁਸੀਂ ਚਲੇ ਜਾਓ ਬਾਹਰ। ਉਹਦਾ ਭਰਾ ਉਹ ਡਾਂਗ ਚੱਕ ਕੇ ਲਿਆ, ਉਹ ਮਾਰਨ ਲੱਗ ਗਿਆ, ਅਤੇ ਉਹ ਬ੍ਰਦਰ ਨੂੰ ਮਾਰਨ ਲੱਗਿਆ। ਅਸੀਂ ਬਾਬੀ ਛੁਡਾਉਣ ਗਏ ਅਤੇ ਉਹਨੇ ਬਾਬੀ 'ਤੇ ਵੀ, ਜਿਹੜਾ ਦੂਸਰਾ ਜੇਠ ਹੈ ਨਾ, ਉਹਨੇ ਮੇਰੇ ਬਾਬੀ ਦੇ ਮੂੰਹ 'ਤੇ ਇੱਕ ਚਪੇੜ ਲਗਾ ਕੇ ਉਹ ਅੰਦਰ ਭੱਜ ਕੇ ਚਲਾ ਗਿਆ। ਹੁਣ ਤੁਸੀਂ ਕਿੰਨੇ ਜਣੇ ਸੱਟਾਂ ਵੱਜੀਆਂ ਤੁਹਾਡੇ? ਅਸੀਂ 2 ਜਣੇ ਹਾਂ। ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ ਤੋਂ? ਮੰਗ ਇਹ ਹੈ ਕਿ ਮੈਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ 2 ਸਾਲ ਹੋ ਗਏ ਬਹੁਤ ਬਰਦਾਸ਼ਤ ਕੀਤਾ, ਹੁਣ ਨਹੀਂ ਮੈਂ ਰਹਿਣਾ ਚਾਹੁੰਦੀ, ਮੇਰੀ ਹੁਣ ਲਿਮਿਟ ਤੋਂ ਬਾਹਰ ਹੈ। ਪੁਲਿਸ ਨੂੰ ਕੰਪਲੇਂਟ ਕਰ ਰਹੇ ਹੋ? ਹਾਂਜੀ। ਆਰਤੀ? ਹਾਂਜੀ। ਕਿੱਥੇ ਰਹਿੰਦੇ ਹੋ? ਲੋਕੀ ਫਾਜ਼ਿਲਕਾ ਗਾਂਧੀ ਮੁਹੱਲੇ। ਕੀ ਗੱਲ ਕੀ ਹੋਈ ਹੈ?
गल जी साड़ी कुड़िया नू अज उन्होंने ना उनके ससुराल वाले ने मारिया कुटिया सीगा असी कंप्लेट लिखाई गुड़िया ने ना कंप्लेट लिखाई वह पी सी आर वाले घर आए उन्होंने वह घर आए तो उन्होंने मतलब कि गुड़िया ने सानू फोन करता भी मैं असी इदा इदा मैंने मारिया कुटिया से मैं उन्होंने फोन किया 112 नंबर से असी गए हाँ मगर तो असी तो आपदे वालों गए भी चलो ठीक है ये स्टैप चके उन्हें किया तो असी जाके बच्चे समझाने उन्होंने उल्टा साढ़े न हथापाई की मेरे हसबेंड मारन तक ही आए ने मैं अगों हथ पिछे कर लगी हाँ वीरे तुम आराम न गल करो भी ल हथ पक्की नहीं होने की गल हैगी पी सी आर वाले कोल ही खड़े से उन्होंने मेरे उन्होंने विचकारले बेटे ने आके मेरे एडी जोर की चपेड़ मार के हथ मोड़ के फटाफट अंदर घर भज गए कि गल है जी हमने अद्धा घंटा होया 20 मिनट होया सी ਉਨਕੀ ਮੰਗ ਕੀ ਕਰ ਰਹੇ ਤੁਸੀਂ ਪਰੇਸ਼ਾਨ ਮੰਗ ਸਾਡੀ ਗੁੜੀਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ 2 ਸਾਲਾਂ ਦਾ ਪਰੇਸ਼ਾਨ ਕੀਤਾ ਹੋਇਆ ਸੀ ਮੰਗ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਂ ਤੁਹਾਡਾ ਜੀ ਸਰ ਮੇਰਾ ਨਾਮ ਵਰੁਣ ਛਾਬੜਾ ਹੈ ਜੀ ਜੀ ਵਰੁਣ ਜੀ ਕੀ ਗੱਲ ਹੋਈ ਹੈ ਅੱਜ ਤੁਸੀਂ ਹਸਪੀਟਲ ਪਹੁੰਚੇ ਹੋ ਕੀ ਮਸਲਾ ਹੈ ਜੀ ਸਰ ਹਸਪੀਟਲ ਪਹੁੰਚਣ ਦਾ ਮਸਲਾ ਇਹ ਹੈਗਾ ਕਿ ਅੱਜ ਨਾ ਮੇਰੀ ਸਿਸਟਰ ਨੂੰ ਸਵੇਰੇ ਇਹਨਾਂ ਨੇ ਨਾ ਮਾਰਿਆ ਕੁੱਟਿਆ ਹੈ ਇਹਦੇ ਸਹੁਰੇ ਪਰਿਵਾਰ ਨੇ ਇਹਦੀ ਜਿਹੜੀ ਸੱਸ ਹੈ ਉਹਨੇ 4-5 ਪੇੜਾਂ ਉਹਨੇ ਮਾਰੀਆਂ ਨੇ ਅਤੇ ਜਿਹੜਾ ਇਹਨਾਂ ਦਾ ਵੱਡਾ ਜੇਠ ਹੈ ਉਹਨੇ ਇੱਟ ਚੱਕ ਕੇ ਮਾਰੀ ਕੁਦਰਤੀ ਉਹ ਪਾਸੇ ਹੋ ਗਈ ਚਲੋ ਇੱਟ ਉਹਦੇ ਇੱਟ ਨਹੀਂ ਵੱਜੀ ਅਤੇ ਦੂਸਰਾ ਇੱਕ ਜਦੋਂ ਹੁਣ ਸਿਸਟਰ ਨੇ ਫਿਰ ਕਿਉਂਕਿ 2 ਸਾਲ ਹੋ ਗਏ ਮੈਰਿਜ ਹੋਏ ਨੂੰ ਸਿਸਟਰ 2 ਸਾਲਾਂ ਦੇ ਵਿੱਚ 6 ਮਹੀਨੇ ਵੀ ਇਹਦੇ ਸਹੁਰੇ 'ਤੇ ਨਹੀਂ ਰਹੀ ਠੀਕ ਹੈ ਜੀ ਉਹ ਈਵਨ ਕਿ ਸਾਡੇ ਕੋਲ ਇੱਥੇ ਘਰ ਹੀ ਰਹਿੰਦੀ ਸੀ ਉੱਧਰ ਜਾਂਦੀ ਨਹੀਂ ਸੀ ਕਹਿੰਦੇ ਸੀ ਮੈਨੂੰ ਪਰੇਸ਼ਾਨ ਕਰਦੇ ਨੇ ਸਹੁਰੇ ਮੇਰੇ ਮੈਨੂੰ ਢੰਗ ਨਾਲ ਵਸਣ ਨਹੀਂ ਦਿੰਦੇ ਮੈਂ ਵਸਣਾ ਚਾਹੁੰਦੀ ਹਾਂ ਮੈਨੂੰ ਵਸਣ ਨਹੀਂ ਦਿੰਦੇ ਅਤੇ ਉਸ ਫਿਰ ਅਸੀਂ ਕਈ ਵਾਰੀ ਉਹਨਾਂ ਦੇ ਘਰ ਵੀ ਗਏ ਹਾਂ ਈਵਨ ਕਿ ਲੋਹੜੀ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਇਹਨਾਂ ਨੂੰ ਸਮਝਾਉਣ ਗਏ ਸੀਗੇ ਵੀ ਤੁਸੀਂ ਹੁਣ ਘਰ ਵਸਾਉਣਾ ਤਾਂ ਦੱਸੋ ਨਹੀਂ ਵਸਾਉਣਾ ਤਾਂ ਦੱਸੋ ਠੀਕ ਹੈ ਜੀ ਉਦੋਂ ਵੀ ਇਹਦਾ ਵੱਡਾ ਭਰਾ ਮੇਰੇ ਨਾਲ ਬੋਲ ਪਿਆ ਸੀਗਾ ਅਤੇ ਉਦੋਂ ਅਸੀਂ ਉਹਨਾਂ ਦੇ ਘਰੋਂ ਉੱਠਣ ਲੱਗੇ ਉੱਠ ਪਏ ਸੀ ਉਹਨਾਂ ਦੇ ਘਰੋਂ ਵੀ ਅਸੀਂ ਤੁਸੀਂ ਤੁਹਾਡੇ ਨਾਲ ਹੁਣ ਨਹੀਂ ਰਿਸ਼ਤਾ ਰੱਖਣਾ ਠੀਕ ਹੈ ਫਿਰ ਵੀ ਉਹ ਚਲੋ ਮੁੰਡੇ ਨੇ ਸਾਨੂੰ ਸਮਝਾਇਆ ਸੀ ਬਹਿ ਗਏ ਅਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਚਲੋ ਅਸੀਂ ਸੋਰਟ ਆਊਟ ਕਰਾਤਾ ਮਸਲਾ ਇਹਨਾਂ ਦਾ ਚਲੋ ਠੀਕ ਹੋ ਗਿਆ ਉਸ ਤੋਂ ਬਾਅਦ ਫਿਰ ਹੁਣ ਅੱਜ ਸਿਸਟਰ ਦਾ ਫੋਨ ਆਇਆ ਵੀ ਇਹਨੇ 112 'ਤੇ ਕੋਲ ਕਰਤੀ ਸਿਸਟਰ ਨੂੰ ਪੀ ਸੀ ਆਰ ਵਾਲੇ ਆ ਗਏ ਤਾਂ ਉਦੋਂ ਸਿਸਟਰ ਨੇ ਸਾਨੂੰ ਫੋਨ ਕੀਤਾ ਵੀ ਮੈਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਕਿਉਂਕਿ ਫੋਨ ਤਾਂ ਲੇਟ ਹੋਇਆ ਕਿਉਂਕਿ ਇਹਨਾਂ ਨੇ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਸੀਗਾ ਅਤੇ ਸ਼ਾਮ ਨੂੰ ਲੇਟ ਤੱਕ ਮੋਬਾਈਲ ਮਿਲਿਆ ਇਹਨੂੰ ਜਦੋਂ ਉਹਨਾਂ ਨੂੰ ਲੱਗਿਆ ਵੀ ਨੋਰਮਲ ਹੋ ਗਿਆ ਸਾਰਾ ਕੰਮ ਤਾਂ ਉਹਨਾਂ ਨੂੰ ਮੋਬਾਈਲ ਦੇ ਤਾ ਉਸ ਵਾਰ ਸਿਸਟਰ ਨੇ ਫਿਰ 112 'ਤੇ ਪੀ ਸੀ ਆਰ ਦੇ 112 'ਤੇ ਫੋਨ ਕੀਤਾ ਉਹਨਾਂ ਨੇ ਥਾਣੇ ਫੋਨ ਕੰਪਲੇਂਟ ਆਈ ਅਤੇ ਉਹਨਾਂ ਨੇ ਫਿਰ ਇੱਧਰ ਆ ਗਏ ਘਰ ਇਹਨਾਂ ਦੇ ਅਤੇ ਫਿਰ ਸਾਨੂੰ ਫੋਨ ਆਇਆ ਵੀ ਮੈਂ ਇਸ ਤਰ੍ਹਾਂ ਕਰਕੇ ਨਾ ਜਿਹਨਾਂ ਮੈਨੂੰ ਕੁੱਟਿਆ ਮਾਰਿਆ ਅਤੇ ਮੈਂ 112 'ਤੇ ਕੰਪਲੀਟ ਕੀਤੀ ਤੁਸੀਂ ਆ ਜਾਓ ਮੈਨੂੰ ਉਹਨਾਂ ਤੋਂ ਡਰ ਲੱਗਦਾ ਪਿਆ ਬਈ ਮੈਨੂੰ ਇਹ ਨਾ ਹੋਵੇ ਰਾਤ ਮੈਂ ਇੱਥੇ ਰੁਕਿਆ ਤਾਂ ਇਹਨਾਂ ਨੇ ਮੈਨੂੰ ਕਿਤੇ ਮਾਰ ਮੂਰੀ ਨਾ ਦੇਣ ਕਿਤੇ ਫਿਰ ਅਸੀਂ ਇਹਨਾਂ ਦੇ ਘਰੇ ਗਏ ਘਰੇ ਜਾਣ ਤੋਂ ਬਾਅਦ ਕੀ ਹੋਇਆ ਕਿ ਅਸੀਂ ਜਾ ਕੇ ਗੱਲ ਕਰਦੇ ਆਰਾਮ ਨਾਲ ਗੱਲ ਕਰਦੇ ਪਏ ਹਾਂ ਇਹਦਾ ਭਰਾ ਸਾਡੀ ਵੀਡੀਓ ਬਣਾਉਣ ਲੱਗ ਗਿਆ ਤੁਹਾਡੀ ਵੀਡੀਓ ਬਣਾਉਣਾ ਉਹ ਕਰਦਾ ਠੀਕ ਹੈ ਜੀ ਸਾਰਾ ਅਸੀਂ ਕਿਹਾ ਚੱਲ ਤੂੰ ਬਣਾ ਲਾ ਬਈ ਵੀਡੀਓ ਬਣਾਉਣੀ ਹੈ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਨਾ ਇਹ ਸਾਡੇ ਨਾਲ ਔਖ ਸੁੱਖਾ ਬੋਲਾਂਗੇ ਸਾਨੂੰ ਪੀਸ ਵਾਲੇ ਕਹਿੰਦੇ ਭਾਈ ਤੁਸੀਂ ਬਾਹਰ ਚਲੇ ਜਾਓ ਤੁਸੀਂ ਨਾ ਬੋਲੋ ਅਸੀਂ ਬਾਹਰ ਆ ਗਏ ਕਹਿੰਦੇ ਤੁਸੀਂ ਕੁੜੀ ਨੂੰ ਲੈ ਕੇ ਚਲੇ ਜਾਓ ਅਸੀਂ ਕੁੜੀ ਨੂੰ ਲੈ ਕੇ ਅਸੀਂ ਜਾਂਦੇ ਪਏ ਸੀ ਪਿੱਛੋਂ ਦੀ ਉਹਦਾ ਭਰਾ ਆਇਆ ਮੇਰੇ ਨਾਲ ਬੋਲਣ ਲੱਗ ਗਿਆ ਉਹ ਸਾਰੀ ਗਲੀ ਬਾਹਰ ਸੀ ਉਦੋਂ ਇਹਦਾ ਭਰਾ ਬੋਲਣ ਲੱਗਿਆ ਫਿਰ ਬੇਸਬਾਲ ਚੱਕ ਕੇ ਘਰੋਂ ਲਾਇਆ ਮੈਨੂੰ ਮਾਰਨ ਵਾਸਤੇ ਅਤੇ ਮੈਨੂੰ ਮੇਰੇ ਅੱਗੇ ਮੇਰੀ ਮਿਸਿਜ਼ ਹੋ ਗਈ ਅਤੇ ਉਹ ਜਿਹੜਾ ਉਹਦਾ ਦੂਜਾ ਭਰਾ ਸੀਗਾ ਵਿਚਕਾਰਲਾ ਭਰਾ ਉਹਨੇ ਮੇਰੇ ਮਿਸਿਜ਼ ਥੱਪੜ ਮਾਰ ਕੇ ਘਰੇ ਭੱਜ ਗਿਆ ਅਤੇ ਉਹ ਕਾਫੀ ਗਾਲੀ ਗਲੋਚ ਇਹਨਾਂ ਨੇ ਗਲੀ ਸਾਡੇ ਨਾਲ ਵੀ ਕੀਤਾ ਅਤੇ ਬਾਕੀ ਇਹ ਹੈ ਵੀ ਸਿਸਟਰ ਸਾਨੂੰ ਵਿੱਚੋਂ ਕਈ ਵਾਰੀ ਕਹਿੰਦੀ ਵੀ ਰਹਿੰਦੀ ਸੀ ਇਹ ਵੀ ਅਸੀਂ ਕਿਉਂਕਿ ਅਸੀਂ ਦਾਜ ਨਹੀਂ ਦਿੱਤਾ ਸੀ ਇਹਨਾਂ ਨੂੰ ਅੱਜ ਤੱਕ ਦੀ ਸਿਸਟਰ ਨੇ ਇਹ ਵੀ ਕਿਹਾ ਵੀ ਕਦੀ ਮੇਰੇ ਕੋਲ ਮੰਗ ਕਰਦੇ ਨੇ ਮੈਨੂੰ ਸਾਨੂੰ ਆਹ ਦਿਓ ਜੀ ਆਹ ਦਿਓ ਕਿਉਂਕਿ ਸਿਸਟਰ ਵੱਖਰੀ ਰਹਿੰਦੀ ਹੈ ਉਹ ਮੱਲਾਂ ਵਾਲੀ ਜੋਬ ਕਰਦਾ ਹੈ ਉਹ ਜਲਾਲਾ ਪਹਿਲਾਂ ਇਕੱਠੇ ਮੱਲਾਂ ਵਾਲੀ ਸੀਗੇ ਮੱਲਾਂ ਵਾਲੀ ਵੀ ਇਹਨਾਂ ਦੇ ਉੱਥੇ ਯਾਨੀ ਕਿ ਥੋੜ੍ਹੀ ਬਹੁਤ ਤਕਰਾਰ ਰਹਿੰਦੀ ਸੀਗੀ ਅਤੇ ਫਿਰ ਸਿਸਟਰ ਨੇ ਬਦਲੀ ਇੱਥੇ ਕਰਾ ਲਈ ਜਲਾਲਾਬਾਦ ਅਤੇ ਕਿਹੜੀ ਜੋਬ ਕਰਦੇ ਨੇ ਟੀਚਰ ਹੈ ਜੀ ਦੋਨੋਂ ਟੀਚਰ ਨੇ ਅੱਛਾ ਪ੍ਰਾਇਮਰੀ ਟੀਚਰ ਨੇ ਸਰਕਾਰੀ ਦੋਨੋਂ ਟੀਮ ਮੀਆਂ ਵੀ ਦੋਨੋਂ ਟੀਚਰ ਨੇ ਇੱਕ ਜਿਹੜਾ ਵੱਡੇ ਜਿਹੜਾ ਜੇਠ ਹੈਗਾ ਜਿਹਨੇ ਹੱਥ ਚੱਕਿਆ ਸੀ ਉਹ ਵੀ ਟੀਚਰ ਹੈ ਉਹਨਾਂ ਦਾ ਨਾਮ ਰਕੇਸ਼ ਹੈਗਾ ਅਤੇ ਇਹ ਕਹਿਣ ਦਾ ਮਤਲਬ ਇਹ ਕਿ ਹੁਣ ਇਹਨਾਂ ਨੇ ਅਸੀਂ ਹੁਣ ਇਹਨਾਂ ਦੇ ਘਰ ਆਪਦੀ ਕੁੜੀ ਨਹੀਂ ਛੱਡਣੀ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਹਦਾ ਇਨਸਾਫ ਮਿਲੇ ਸਿੱਧੀ ਜੀ ਗੱਲ ਹੈ ਅਤੇ ਬਾਕੀ ਜਦੋਂ ਇਹ ਕਹਿੰਦੀ ਸੀਗੀ ਵੀ ਮੇਰੇ ਕੋਲ ਮੈਨੂੰ ਡਿਮਾਂਡ ਕਰਦੇ ਨੇ ਮੈਨੂੰ ਆਹ ਲੈ ਕੇ ਫਿਰ ਸਾਨੂੰ ਕੁੜੀ ਕਹਿੰਦੀ ਸੀ ਅਸੀਂ ਕਹਿੰਦੇ ਵੀ ਕੋਈ ਨਹੀਂ ਦੇ ਦਿਆਂਗੇ ਪਹਿਲਾਂ ਤਾਂ ਸਾਨੂੰ ਪਤਾ ਤਾਂ ਲੱਗੇ ਵੀ ਢੰਗ ਨਾਲ ਤੁਸੀਂ ਵੱਸ ਵੀ ਸਕਦੇ ਹੋ ਕਿਸੇ ਦੇ ਤਾਂ ਦਈਏ ਜੇ ਮੰਗਦੇ ਹਨ ਤਾਂ ਪਰ ਉਹ ਅੱਜ ਗੱਲ ਇੰਨੀ ਕੁ ਵੱਧ ਗਈ ਇੱਥੇ ਆ ਕੇ ਵੀ ਉਹਨਾਂ ਨੇ ਥੱਪੜ ਲਾ ਤੇ ਅਤੇ ਕੌਣ ਫਿਰ ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਦੀ ਕੁੜੀਆਂ ਨਹੀਂ ਬਰਦਾਸ਼ਤ ਕਰਦੀਆਂ ਜੀ ਇਸ ਗੱਲਾਂ ਨੂੰ ਉਹਨੇ ਸਿੱਧਾ 112 'ਤੇ ਫੋਨ ਕਰਤਾ ਹੁਣ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਇਸ ਬਾਰੇ ਸੂਚਨਾ ਬਸ ਜੀ ਹੁਣ ਚੱਲੀ ਆ ਜੀ 112 'ਤੇ ਫੋਨ ਕੀਤਾ ਸੀ ਬਸ ਉਹਨੇ ਹੀ ਕੀਤਾ ਸੀਗਾ ਅਸੀਂ ਉਸ ਤੋਂ ਬਾਅਦ ਫਿਰ ਉਹਨੂੰ ਜਿਹੜਾ ਪ੍ਰੋਸੈਸ ਹੈਗਾ ਉਹੀ ਫੋਲੋ ਕਰਨਾ ਜੀ